ਤਾਂ ਕੈਬਨਿਟ ਮੰਤਰੀ ਬਲਬੀਰ ਸਿੰਘ ਜੀ ਲੁਧਿਆਣਾ ਪਹੁੰਚੇ ਹੋਏ ਨੇ, ਗੱਲਬਾਤ ਗੱਲਬਾਤ ਕਰ ਲੈਂਦੇ ਹਾਂ ਸਰ। ਅੱਜ ਲੁਧਿਆਣਾ ਦਾ ਵੀ ਦੌਰਾ ਕਰਨ ਲਈ ਪਹੁੰਚੋ, ਕੀ ਕਹਿਣਾ ਚਾਹੋ? ਦੇਖੋ, ਇਹਦੇ 'ਚ ਜਿਵੇਂ ਸਾਡੇ ਜਿਹੜੇ ਹੈਗੇ ਆ ਜਿੰਨੇ ਮੇਰੇ ਹੈਲਥ ਪ੍ਰੋਜੈਕਟਸ ਆ, ਉਹਨਾਂ ਸਾਰਿਆਂ ਨੂੰ ਰਿਵਿਊ ਕੀਤਾ। ਮੈਨੂੰ ਗਰਾਊਂਡ ਰਿਐਲਿਟੀ ਪਤਾ ਲੱਗੀ ਆ, ਜਿਹਦੇ 'ਚ ਮਤਲਬ ਕਿਹੜੀ ਕਿਹੜੀ ਉੱਥੇ ਗੈਪ ਹੈਗੇ ਆ, ਕਿਹੜੀ ਕਿਹੜੀ ਕਮੀ ਪੇਸ਼ੀ ਆ, ਉਹ ਹੁਣ ਮੈਂ ਸਾਰੀਆਂ ਜਾ ਕੇ ਪੂਰੀਆਂ ਕਰੂੰਗਾ। ਆਈ ਵਾਂਟਡ ਟੂ ਨੋ ਕਿ ਗਰਾਊਂਡ ਰਿਐਲਿਟੀ ਕੀ ਹੈ। ਉਹਦੇ 'ਚ ਜਿਵੇਂ ਆਮ ਆਦਮੀ ਕਲੀਨਿਕ ਬਹੁਤ ਅੱਛੇ ਚੱਲਦੇ ਆ, ਸਿਵਲ ਹੋਸਪਿਟਲ 'ਚ ਕੀ ਕਰਨਾ, ਸਬ ਡਿਵੀਜ਼ਨ ਹੋਸਪਿਟਲ 'ਚ ਕੀ ਕਰਨਾ, ਕਮਿਊਨਿਟੀ ਹੈਲਥ ਸੈਂਟਰ 'ਚ ਕਿਹੜੀਆਂ ਕਮੀਆਂ, ਸਟਾਫ ਦੀ ਕਿੰਨੀ ਸ਼ੋਰਟੇਜ ਹੈ, ਕਿਹੜਾ ਮਟੀਰੀਅਲ ਚਾਹੀਦਾ, ਕਿਹੜੇ ਕੰਜ਼ੂਮੇਬਲ ਹੈ, ਕਿਹੜੀ ਇਕੁਪਮੈਂਟ, ਸਾਰੇ ਮੈਂ ਜਿਹੜੀ ਰਿਪੋਰਟ ਹੈ ਸਾਰੀ ਤਿਆਰ ਕਰਵਾ ਰਿਹਾ। ਸਰ, ਜ਼ਿਆਦਾਤਰ ਕਮੀਆਂ ਕਿਸ 'ਚ ਦੇਖਣ ਮਿਲੀਆਂ? ਸਟਾਫ ਦੀ ਅਕਿਊਟ ਸ਼ੋਰਟੇਜ ਹੈ ਜੀ। ਬਾਕੀ ਜਿਹੜੀ ਮਟੀਰੀਅਲ ਹੈ ਉਹ ਤਾਂ ਸਾਰਾ ਸਪਲਾਈ ਕਰ ਦਾਂਗੇ ਅਸੀਂ, ਬਿਲਡਿੰਗਸ ਬਣੀਆਂ ਹੋਈਆਂ, ਇਕੁਪਮੈਂਟ ਥੋੜ੍ਹੀ ਜਿਹੀ ਉਹਦੀ, ਕੁਛ ਇਕੁਪਮੈਂਟ ਦੀ ਜ਼ਿਆਦਾ ਮੇਨ ਜਿਹੜੀ ਆ ਸਟਾਫ ਦੀ ਔਰ ਸਪੈਸ਼ਲਿਸਟ ਡਾਕਟਰਸ ਦੀ ਆ ਜ਼ਿਆਦਾ। ਸਿਹਤ ਅਤੇ ਸਿੱਖਿਆ ਦਾ ਮੁੱਦਾ ਲੈ ਕੇ ਆਮ ਆਦਮੀ ਪਾਰਟੀ ਚੁਣਾਵਾਂ ਦੇ ਵਿੱਚ ਪ੍ਰਚਾਰ ਕੀਤਾ ਸੀ, ਤਾਂ ਸਿਹਤ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਸਰਕਾਰ ਦੇ ਵੱਲੋਂ? ਉਹਦੇ 'ਚ ਪ੍ਰਾਇਮਰੀ ਕੇਅਰ ਦੇ ਵਿੱਚ ਸਾਡਾ ਬਹੁਤ ਅੱਛਾ, ਜਿਵੇਂ ਆਮ ਆਦਮੀ ਕਲੀਨਿਕ ਬਾਰੇ ਤੁਸੀਂ ਜਾਣਦੇ ਹੋ, ਇਸ ਤਰ੍ਹਾਂ ਸੈਕੰਡਰੀ ਕੇਅਰ ਦੇ ਵਿੱਚ ਸਪੈਸ਼ਲਿਸਟ ਡਾਕਟਰਸ ਆਉਣਗੇ, ਐਮਰਜੈਂਸੀ ਸਰਵਿਸ ਬਿਹਤਰ ਹੋਣਗੀਆਂ, ਸਾਰੇ ਟੈਸਟ ਹਸਪਤਾਲਾਂ 'ਚ ਹੋਣਗੇ, ਸਰਕਾਰੀ ਸਾਰੀਆਂ ਦਵਾਈਆਂ ਉੱਥੋਂ ਮਿਲਣਗੀਆਂ ਔਰ ਫ੍ਰੀ ਮਿਲਣਗੀਆਂ ਲੋਕਾਂ ਵਾਸਤੇ, ਕੋਈ ਖਰਚਾ ਨਹੀਂ ਹੋਗਾ ਉਹਨਾਂ ਦਾ। ਲੋਕਾਂ ਵਾਸਤੇ ਸਭ ਤੋਂ ਵੱਡੀ ਪ੍ਰੋਬਲਮ ਹੈ ਆਊਟ ਆਫ ਪਾਕਟ ਐਕਸਪੈਂਸਿਸ ਔਨ ਹੈਲਥ, ਉਹਦੇ ਕਰਕੇ ਲੋਕ ਗਰੀਬ ਹੁੰਦੇ ਆ, ਉਹਦੇ ਕਰਕੇ ਜ਼ਿਆਦਾ ਜਿਹੜੇ ਕਰਜ਼ਾਈ ਹੁੰਦੇ ਆ, ਉਹ ਅਸੀਂ ਉਹਨੂੰ ਓਵਰਕਮ ਕਰਾਂਗੇ। ਇਸੇ ਤਰ੍ਹਾਂ ਟਰਸ਼ੀ ਕੇਅਰ ਹੋਸਪਿਟਲ, ਜਿਹੜੀ ਕੋਈ ਵੀ ਬਿਮਾਰੀ ਹੋਵੇ ਸਭ ਦਾ ਇਲਾਜ ਸਰਕਾਰੀ ਹਸਪਤਾਲਾਂ 'ਚ ਹੋਏਗਾ। ਸਰ, ਭਗਤ ਪੂਰਨ ਸਿੰਘ ਨੂੰ ਲੈ ਕੇ ਆਪਣਾ ਜਿਹੜੀ ਕਾਰ ਸੀ ਉਹ ਇਸ਼ੂ ਕੀਤੀ ਗਈ ਸੀ, ਉਹ ਹੁਣ ਰਨਿੰਗ ਦੇ ਵਿੱਚ ਇਸ਼ੂ ਹੈ ਜੀ। ਅਸੀਂ ਉਹਨੂੰ ਚੈਰਿਟੀ ਮੋਡ ਤੇ ਚਲਾ ਰਹੇ ਹਾਂ, ਉਹ ਸਾਡਾ ਬਹੁਤ ਅੱਛਾ ਚੱਲ ਰਿਹਾ, ਅਸੀਂ 90% ਕਲੀਅਰ ਕਰਤੇ ਅਰੀਅਰਸ, ਉਹਨੂੰ ਅਸੀਂ ਅਪਗ੍ਰੇਡ ਕਰਕੇ ਯੂਨੀਵਰਸਲਾਈਜ਼ ਕਰਾਂਗੇ। ਮੇਰਾ ਆਖਰੀ ਸਵਾਲ, ਅੰਮ੍ਰਿਤਪਾਲ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ? ਅੰਮ੍ਰਿਤਪਾਲ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ? ਅੰਮ੍ਰਿਤਪਾਲ ਨੂੰ ਲੈ ਕੇ ਉਹ ਸਰ ਜਿਹੜਾ ਸਾਰਾ ਹੈਗਾ ਉਹ ਮੁੱਖ ਮੰਤਰੀ ਸਾਹਿਬ ਮੋਨੀਟਰ ਕਰ ਰਹੇ ਹੋ? ਕਰ ਰਹੇ ਤਾਂ ਬਿਲਕੁਲ। ਇਹ ਸਨ ਸਿਹਤ ਮੰਤਰੀ ਬਲਬੀਰ ਸਿੰਘ ਜਿਨ੍ਹਾਂ ਦੇ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਪਹੁੰਚੇ ਨੇ, ਤਾਂ ਦੌਰਾ ਕੀਤਾ ਗਿਆ, ਤਾਂ ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਵੱਲੋਂ ਹੋਰ ਵੀ ਜਿਹੜੇ ਕਿ ਕਈ ਤਰ੍ਹਾਂ ਦੇ ਸਿਹਤ ਨੂੰ ਲੈ ਕੇ ਜਿਹੜੇ ਕਿ ਉਪਰਾਲੇ ਨੇ ਉਹ ਕੀਤੇ ਜਾ ਰਹੇ ਨੇ। ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦੀਪਾਲ, ਦੈਨਿਕ ਸਵੇਰਾ, ਲੁਧਿਆਣਾ। ਤਾਂ ਕੈਬਨਿਟ ਮੰਤਰੀ ਬਲਬੀਰ ਸਿੰਘ ਜੀ ਲੁਧਿਆਣਾ ਪਹੁੰਚੇ ਹੋਏ ਨੇ, ਗੱਲਬਾਤ ਕਰ ਲੈਂਦੇ ਹਾਂ ਸਰ। ਅੱਜ ਲੁਧਿਆਣਾ ਦਾ ਵੀ ਦੌਰਾ ਕਰਨ ਲਈ ਪਹੁੰਚੋ, ਕੀ ਕਹਿਣਾ ਚਾਹੋ? ਦੇਖੋ, ਇਹਦੇ 'ਚ ਜਿਵੇਂ ਸਾਡੇ ਜਿਹੜੇ ਹੈਗੇ ਆ ਜਿੰਨੇ ਮੇਰੇ ਹੈਲਥ ਪ੍ਰੋਜੈਕਟਸ ਆ, ਉਹਨਾਂ ਸਾਰਿਆਂ ਨੂੰ ਰਿਵਿਊ ਕੀਤਾ। ਮੈਨੂੰ ਗਰਾਊਂਡ ਰਿਐਲਿਟੀ ਪਤਾ ਲੱਗੀ ਆ, ਜਿਹਦੇ 'ਚ ਮਤਲਬ ਕਿਹੜੀ ਕਿਹੜੀ ਉੱਥੇ ਗੈਪ ਹੈਗੇ ਆ, ਕਿਹੜੀ ਕਿਹੜੀ ਕਮੀ ਪੇਸ਼ੀ ਆ, ਉਹ ਹੁਣ ਮੈਂ ਸਾਰੀਆਂ ਜਾ ਕੇ ਪੂਰੀਆਂ ਕਰੂੰਗਾ। ਆਈ ਵਾਂਟਡ ਟੂ ਨੋ ਕਿ ਗਰਾਊਂਡ ਰਿਐਲਿਟੀ ਕੀ ਹੈ। ਉਹਦੇ 'ਚ ਜਿਵੇਂ ਆਮ ਆਦਮੀ ਕਲੀਨਿਕ ਬਹੁਤ ਅੱਛੇ ਚੱਲਦੇ ਆ, ਸਿਵਲ ਹੋਸਪਿਟਲ 'ਚ ਕੀ ਕਰਨਾ, ਸਬ ਡਿਵੀਜ਼ਨ ਹੋਸਪਿਟਲ 'ਚ ਕੀ ਕਰਨਾ, ਕਮਿਊਨਿਟੀ ਹੈਲਥ ਸੈਂਟਰ 'ਚ ਕਿਹੜੀਆਂ ਕਮੀਆਂ, ਸਟਾਫ ਦੀ ਕਿੰਨੀ ਸ਼ੋਰਟੇਜ ਹੈ, ਕਿਹੜਾ ਮਟੀਰੀਅਲ ਚਾਹੀਦਾ, ਕਿਹੜੇ ਕੰਜ਼ੂਮੇਬਲ ਹੈ, ਕਿਹੜੀ ਇਕੁਪਮੈਂਟ, ਸਾਰੇ ਮੈਂ ਜਿਹੜੀ ਰਿਪੋਰਟ ਹੈ ਸਾਰੀ ਤਿਆਰ ਕਰਵਾ ਰਿਹਾ। ਸਰ, ਜ਼ਿਆਦਾਤਰ ਕਮੀਆਂ ਕਿਸ 'ਚ ਦੇਖਣ ਮਿਲੀਆਂ? ਸਟਾਫ ਦੀ ਅਕਿਊਟ ਸ਼ੋਰਟੇਜ ਹੈ ਜੀ। ਬਾਕੀ ਜਿਹੜੀ ਮਟੀਰੀਅਲ ਹੈ ਉਹ ਤਾਂ ਸਾਰਾ ਸਪਲਾਈ ਕਰ ਦਾਂਗੇ ਅਸੀਂ, ਬਿਲਡਿੰਗਸ ਬਣੀਆਂ ਹੋਈਆਂ, ਇਕੁਪਮੈਂਟ ਥੋੜ੍ਹੀ ਜਿਹੀ ਉਹਦੀ, ਕੁਛ ਇਕੁਪਮੈਂਟ ਦੀ ਜ਼ਿਆਦਾ ਮੇਨ ਜਿਹੜੀ ਆ ਸਟਾਫ ਦੀ ਔਰ ਸਪੈਸ਼ਲਿਸਟ ਡਾਕਟਰਸ ਦੀ ਆ ਜ਼ਿਆਦਾ। ਸਿਹਤ ਅਤੇ ਸਿੱਖਿਆ ਦਾ ਮੁੱਦਾ ਲੈ ਕੇ ਆਮ ਆਦਮੀ ਪਾਰਟੀ ਚੁਣਾਵਾਂ ਦੇ ਵਿੱਚ ਪ੍ਰਚਾਰ ਕੀਤਾ ਸੀ, ਤਾਂ ਸਿਹਤ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਸਰਕਾਰ ਦੇ ਵੱਲੋਂ? ਉਹਦੇ 'ਚ ਪ੍ਰਾਇਮਰੀ ਕੇਅਰ ਦੇ ਵਿੱਚ ਸਾਡਾ ਬਹੁਤ ਅੱਛਾ, ਜਿਵੇਂ ਆਮ ਆਦਮੀ ਕਲੀਨਿਕ ਬਾਰੇ ਤੁਸੀਂ ਜਾਣਦੇ ਹੋ, ਇਸ ਤਰ੍ਹਾਂ ਸੈਕੰਡਰੀ ਕੇਅਰ ਦੇ ਵਿੱਚ ਸਪੈਸ਼ਲਿਸਟ ਡਾਕਟਰਸ ਆਉਣਗੇ, ਐਮਰਜੈਂਸੀ ਸਰਵਿਸ ਬਿਹਤਰ ਹੋਣਗੀਆਂ, ਸਾਰੇ ਟੈਸਟ ਹਸਪਤਾਲਾਂ 'ਚ ਹੋਣਗੇ, ਸਰਕਾਰੀ ਸਾਰੀਆਂ ਦਵਾਈਆਂ ਉੱਥੋਂ ਮਿਲਣਗੀਆਂ ਔਰ ਫ੍ਰੀ ਮਿਲਣਗੀਆਂ ਲੋਕਾਂ ਵਾਸਤੇ, ਕੋਈ ਖਰਚਾ ਨਹੀਂ ਹੋਗਾ ਉਹਨਾਂ ਦਾ। ਲੋਕਾਂ ਵਾਸਤੇ ਸਭ ਤੋਂ ਵੱਡੀ ਪ੍ਰੋਬਲਮ ਹੈ ਆਊਟ ਆਫ ਪਾਕਟ ਐਕਸਪੈਂਸਿਸ ਔਨ ਹੈਲਥ, ਉਹਦੇ ਕਰਕੇ ਲੋਕ ਗਰੀਬ ਹੁੰਦੇ ਆ, ਉਹਦੇ ਕਰਕੇ ਜ਼ਿਆਦਾ ਜਿਹੜੇ ਕਰਜ਼ਾਈ ਹੁੰਦੇ ਆ, ਉਹ ਅਸੀਂ ਉਹਨੂੰ ਓਵਰਕਮ ਕਰਾਂਗੇ। ਇਸੇ ਤਰ੍ਹਾਂ ਟਰਸ਼ੀ ਕੇਅਰ ਹੋਸਪਿਟਲ, ਜਿਹੜੀ ਕੋਈ ਵੀ ਬਿਮਾਰੀ ਹੋਵੇ ਸਭ ਦਾ ਇਲਾਜ ਸਰਕਾਰੀ ਹਸਪਤਾਲਾਂ 'ਚ ਹੋਏਗਾ। ਸਰ, ਭਗਤ ਪੂਰਨ ਸਿੰਘ ਨੂੰ ਲੈ ਕੇ ਆਪਣਾ ਜਿਹੜੀ ਕਾਰ ਸੀ ਉਹ ਇਸ਼ੂ ਕੀਤੀ ਗਈ ਸੀ, ਉਹ ਹੁਣ ਰਨਿੰਗ ਦੇ ਵਿੱਚ ਇਸ਼ੂ ਹੈ ਜੀ? ਅਸੀਂ ਉਹਨੂੰ ਚੈਰਿਟੀ ਮੋਡ ਤੇ ਚਲਾ ਰਹੇ ਹਾਂ, ਉਹ ਸਾਡਾ ਬਹੁਤ ਅੱਛਾ ਚੱਲ ਰਿਹਾ, ਅਸੀਂ 90% ਕਲੀਅਰ ਕਰਤੇ ਅਰੀਅਰਸ, ਉਹਨੂੰ ਅਸੀਂ ਅਪਗ੍ਰੇਡ ਕਰਕੇ ਯੂਨੀਵਰਸਲਾਈਜ਼ ਕਰਾਂਗੇ। ਮੇਰਾ ਆਖਰੀ ਸਵਾਲ, ਅੰਮ੍ਰਿਤਪਾਲ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ? ਅੰਮ੍ਰਿਤਪਾਲ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ? ਅੰਮ੍ਰਿਤਪਾਲ ਨੂੰ ਲੈ ਕੇ ਉਹ ਸਰ ਜਿਹੜਾ ਸਾਰਾ ਹੈਗਾ ਉਹ ਮੁੱਖ ਮੰਤਰੀ ਸਾਹਿਬ ਮੋਨੀਟਰ ਕਰ ਰਹੇ ਹੋ? ਕਰ ਰਹੇ ਤਾਂ ਬਿਲਕੁਲ। ਇਹ ਸਨ ਸਿਹਤ ਮੰਤਰੀ ਬਲਬੀਰ ਸਿੰਘ ਜਿਨ੍ਹਾਂ ਦੇ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਪਹੁੰਚੇ ਨੇ, ਤਾਂ ਦੌਰਾ ਕੀਤਾ ਗਿਆ, ਤਾਂ ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਵੱਲੋਂ ਹੋਰ ਵੀ ਜਿਹੜੇ ਕਿ ਕਈ ਤਰ੍ਹਾਂ ਦੇ ਸਿਹਤ ਨੂੰ ਲੈ ਕੇ ਜਿਹੜੇ ਕਿ ਉਪਰਾਲੇ ਨੇ ਉਹ ਕੀਤੇ ਜਾ ਰਹੇ ਨੇ। ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦੀਪਾਲ, ਦੈਨਿਕ ਸਵੇਰਾ, ਲੁਧਿਆਣਾ।